ਬੰਗਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ 4 ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ, ਜਿਨ੍ਹਾਂ ਨੇ ਇਲਾਕੇ ਵਿੱਚ 40 ਦੇ ਕਰੀਬ ਲੁੱਟਾਂ ਖੋਹਾਂ ਨੂੰ ਅੰਜਾਮ ਦਿੱਤਾ ਸੀ। ਇਹਨਾਂ 'ਤੇ ਪਹਿਲਾਂ ਵੀ ਥਾਣਾ ਬੰਗਾ ਵਿੱਚ ਵੱਖ ਵੱਖ ਮਾਮਲੇ ਦਰਜ ਹਨ। DSP ਨਵਨੀਤ ਸਿੰਘ ਮਾਹਲ ਨੇ ਇਸ ਮੌਕੇ 'ਤੇ ਜਾਣਕਾਰੀ ਦਿੰਦਿਆਂ ਕਿਹਾ, ਪਿਛਲੇ ਕੁਛ 2-3 ਮਹੀਨਿਆਂ ਤੋਂ ਨਵਾਂਸ਼ਹਿਰ ਦੇ ਏਰੀਆ ਦੇ ਵਿੱਚ ਸਨੈਚਿੰਗ ਦੀਆਂ ਕਾਫੀ ਵਾਰਦਾਤਾਂ ਹੋ ਰਹੀਆਂ ਸੀਗੀਆਂ, ਜਿਹਦੇ ਕਰਕੇ ਪੁਲਿਸ ਕਾਫੀ ਐਫਰਟਸ ਕਰ ਰਹੀ ਸੀ ਇਹਨਾਂ ਨੂੰ ਜਿਹੜੇ ਸਨੈਚਰਸ ਨੇ ਉਹਨਾਂ ਨੂੰ ਨੈਪ ਕਰਨ ਦੀ, ਅਤੇ ਪੁਲਿਸ ਨੂੰ ਸਕਸੈਸ ਮਿਲੀ ਹੈ ਜੀ। ਇਹਦੇ ਵਿੱਚ ਅਸੀਂ 4 ਦੋਸ਼ੀਆਂ ਨੂੰ ਅਰੈਸਟ ਕੀਤਾ। ਇਹਨਾਂ ਨੇ ਕੁੱਲ ਅਰਾਊਂਡ 40 ਵਾਰਦਾਤਾਂ ਦੇ ਕਰੀਬ ਮੰਨੀਆਂ ਨੇ, ਜੋ ਇਹ ਬੰਗਾ ਏਰੀਆ ਦੇ ਵਿੱਚ ਹੁਸ਼ਿਆਰਪੁਰ ਗੜ੍ਹ ਸ਼ੰਕਰ ਉਸ ਏਰੀਏ ਦੇ ਵਿੱਚ ਇਹ ਕਰਦੇ ਸੀਗੇ। ਜੋ ਇਹਨਾਂ ਦੀਆਂ ਜੋ ਇਹਨਾਂ ਨੂੰ ਇਹ ਮੋਰਾਵਾਲੀ ਦੇ ਰਹਿਣ ਵਾਲੇ ਨੇ, ਅਤੇ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਬਾਕੀ ਜਿਹੜੇ ਡਿਸਟ੍ਰਿਕਟਸ ਆ ਉਹਨਾਂ ਨਾਲ ਤਾਲਮੇਲ ਕੀਤਾ ਜਾ ਰਿਹਾ, ਅਤੇ ਇਹਨਾਂ ਦੀ ਉੱਥੇ ਵੀ ਵਾਰਦਾਤਾਂ ਬਾਰੇ ਪਤਾ ਲਗਾਇਆ ਜਾ ਰਿਹਾ।